ਗੁਰਕਰਮ ਸਿੰਘ ਆ ਮੇਰਾ ਜੀ ਸਰ ਜੀ ਇਹ ਜਿਹੜੇ ਆਵਾਰਾ ਜਾਨਵਰ ਸੜਕ ਦੇ ਉੱਪਰ ਖੜੇ ਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਇਹ ਸਰ ਬਹੁਤ ਜ਼ਿਆਦਾ ਨੁਕਸਾਨ ਦੇ ਰਹੇ ਆ ਇਹ ਇੱਥੇ ਵੀ ਖੜੇ ਆ ਆਪਣਾ ਟਾਲੀ ਵਾਲੀ ਚੌਂਕ 'ਚ ਵੀ ਖੜੇ ਆ ਔਰ ਗੁਨਾਹ ਇੰਡਸਟਰੀ ਦੇ ਸਾਹਮਣੇ ਵੀ ਖੜੇ ਆ ਇਹ 15 ਬੰਦਾ ਜਾਨਵਰ ਇਕੱਠੇ ਖੜਦੇ ਆ ਉਹ ਸਾਈਕਲਾਂ ਵਾਲੇ ਸਕੂਟਰਾਂ ਵਾਲੇ ਮੋਟਰਸਾਈਕਲਾਂ ਵਾਲੇ ਕਾਰਾਂ ਵਾਲੇ ਬਚਾ ਕੇ ਚੱਲਦੇ ਆ ਇਹਦੇ ਵਾਸਤੇ ਤੁਸੀਂ ਜ਼ਰੂਰ ਧਿਆਨ ਦਿਓ ਪ੍ਰਸ਼ਾਸਨ ਇਹਨਾਂ ਦਾ ਕੋਈ ਕੌਸ਼ਲ ਤੰਤਰ ਦਿਓ ਜਾਂ ਕਿਸੇ ਪਾਸੇ ਭੇਜੋ ਵੀ ਪ੍ਰਸ਼ਾਸਨ ਦੇ ਹੱਕ ਇਹ ਹੀ ਕੰਮ ਬਣਦਾ ਹੈ ਉਮਰ ਇਹਦੀ 68 ਸਾਲ ਦੀ ਹੈ ਜੀ ਰਾਤ ਨੂੰ ਜਿੱਦਾਂ ਹੁਣ ਜਾਨਵਰ ਇਹ ਬੈਠੇ ਆਵਾਰਾ ਜਾਨਵਰ ਸੜਕ ਦੇ ਉੱਪਰ ਬੈਠੇ ਆ ਨਗਰ ਪਾਲਿਕਾ ਰਾਜ ਦੇ ਅੰਦਰ ਆਪਣੇ ਗੋਸ਼ਾ 5-6 ਹੈਗੀਆਂ ਉਹਨਾਂ ਨੂੰ ਭੇਜੇ ਗੁਰਕਰਮ ਸਿੰਘ ਆ ਮੇਰਾ ਜੀ ਸਰ ਜੀ ਇਹ ਜਿਹੜੇ ਆਵਾਰਾ ਜਾਨਵਰ ਸੜਕ ਦੇ ਉੱਪਰ ਖੜੇ ਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਇਹ ਸਰ ਬਹੁਤ ਜ਼ਿਆਦਾ ਨੁਕਸਾਨ ਦੇ ਰਹੇ ਆ ਇਹ ਇੱਥੇ ਵੀ ਖੜੇ ਆ ਆਪਣਾ ਟਾਲੀ ਵਾਲੀ ਚੌਂਕ 'ਚ ਵੀ ਖੜੇ ਆ ਔਰ ਗੁਨਾਹ ਇੰਡਸਟਰੀ ਦੇ ਸਾਹਮਣੇ ਵੀ ਖੜੇ ਆ ਇਹ 15 ਬੰਦਾ ਜਾਨਵਰ ਇਕੱਠੇ ਖੜਦੇ ਆ ਉਹ ਸਾਈਕਲਾਂ ਵਾਲੇ ਸਕੂਟਰਾਂ ਵਾਲੇ ਮੋਟਰਸਾਈਕਲਾਂ ਵਾਲੇ ਕਾਰਾਂ ਵਾਲੇ ਬਚਾ ਕੇ ਚੱਲਦੇ ਆ ਇਹਦੇ ਵਾਸਤੇ ਤੁਸੀਂ ਜ਼ਰੂਰ ਧਿਆਨ ਦਿਓ ਸੜਕ ਦੇ ਵਿਚਾਲੇ ਬੈਠੇ ਹਾਂ ਸਭ ਦੇ ਵਿਚਾਲੇ ਹੁਣ ਵੀ ਬੈਠੇ ਆ ਸੜਕ ਦੇ ਵਿਚਾਲੇ ਬੈਠੇ ਆ ਸਾਰੇ ਬੋਲ ਖੜੇ ਆ ਐਕਸੀਡੈਂਟ ਹੋ ਸਕਦਾ ਹੈ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਵੀ ਇਹੀ ਕਹਿੰਦੇ ਪ੍ਰਸ਼ਾਸਨ ਇਹਨਾਂ ਦਾ ਕੋਈ ਕੌਸ਼ਲ ਤੰਤਰ ਦਿਓ ਜਾਂ ਕਿਸੇ ਪਾਸੇ ਭੇਜੋ ਵੀ ਪ੍ਰਸ਼ਾਸਨ ਦੇ ਹੱਕ ਇਹ ਹੀ ਕੰਮ ਬਣਦਾ ਹੈ ਉਮਰ ਇਹਦੀ 68 ਸਾਲ ਦੀ ਹੈ ਜੀ ਰਾਤ ਨੂੰ ਜਿੱਦਾਂ ਹੁਣ ਜਾਨਵਰ ਇਹ ਬੈਠੇ ਆਵਾਰਾ ਜਾਨਵਰ ਸੜਕ ਦੇ ਉੱਪਰ ਬੈਠੇ ਆ ਕੋਈ ਸਾਈਕਲ ਦੇ ਉੱਪਰ ਆ ਰਹੇ ਹੈਗੇ ਸਾਨੂੰ ਪਹਿਲੇ ਚੱਲਣਾ ਪੈਂਦਾ ਜੀ ਫਿਰ ਨਗਰ ਪਾਲਿਕਾ ਰਾਜ ਦੇ ਅੰਦਰ ਆਪਣੇ ਗੋਸ਼ਾ 5-6 ਹੈਗੀਆਂ ਉਹਨਾਂ ਨੂੰ ਭੇਜੇ ਗੁਰਕਰਮ ਸਿੰਘ ਆ ਮੇਰਾ ਜੀ ਸਰ ਜੀ ਇਹ ਜਿਹੜੇ ਆਵਾਰਾ ਜਾਨਵਰ ਸੜਕ ਦੇ ਉੱਪਰ ਖੜੇ ਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਇਹ ਸਰ ਬਹੁਤ ਜ਼ਿਆਦਾ ਨੁਕਸਾਨ ਦੇ ਰਹੇ ਆ ਇਹ ਇੱਥੇ ਵੀ ਖੜੇ ਆ ਆਪਣਾ ਟਾਲੀ ਵਾਲੀ ਚੌਂਕ 'ਚ ਵੀ ਖੜੇ ਆ ਔਰ ਗੁਨਾਹ ਇੰਡਸਟਰੀ ਦੇ ਸਾਹਮਣੇ ਵੀ ਖੜੇ ਆ ਇਹ 15 ਬੰਦਾ ਜਾਨਵਰ ਇਕੱਠੇ ਖੜਦੇ ਆ ਉਹ ਸਾਈਕਲਾਂ ਵਾਲੇ ਸਕੂਟਰਾਂ ਵਾਲੇ ਮੋਟਰਸਾਈਕਲਾਂ ਵਾਲੇ ਕਾਰਾਂ ਵਾਲੇ ਬਚਾ ਕੇ ਚੱਲਦੇ ਆ ਇਹਦੇ ਵਾਸਤੇ ਤੁਸੀਂ ਜ਼ਰੂਰ ਧਿਆਨ ਦਿਓ ਸੜਕ ਦੇ ਵਿਚਾਲੇ ਬੈਠੇ ਹਾਂ ਸਭ ਦੇ ਵਿਚਾਲੇ ਹੁਣ ਵੀ ਬੈਠੇ ਆ ਸੜਕ ਦੇ ਵਿਚਾਲੇ ਬੈਠੇ ਆ ਸਾਰੇ ਬੋਲ ਖੜੇ ਆ ਐਕਸੀਡੈਂਟ ਹੋ ਸਕਦਾ ਹੈ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸਰਕਾਰ ਨੂੰ ਵੀ ਇਹੀ ਕਹਿੰਦੇ ਪ੍ਰਸ਼ਾਸਨ ਇਹਨਾਂ ਦਾ ਕੋਈ ਕੌਸ਼ਲ ਤੰਤਰ ਦਿਓ ਜਾਂ ਕਿਸੇ ਪਾਸੇ ਭੇਜੋ ਵੀ ਪ੍ਰਸ਼ਾਸਨ ਦੇ ਹੱਕ ਇਹ ਹੀ ਕੰਮ ਬਣਦਾ ਉਮਰ ਇਹਦੀ 68 ਸਾਲ ਦੀ ਹੈ ਜੀ ਰਾਤ ਨੂੰ ਜਿੱਦਾਂ ਹੁਣ ਜਾਨਵਰ ਇਹ ਬੈਠੇ ਆਵਾਰਾ ਜਾਨਵਰ ਸੜਕ ਦੇ ਉੱਪਰ ਬੈਠੇ ਆ ਕੋਈ ਸਾਈਕਲ ਦੇ ਉੱਪਰ ਆ ਰਹੇ ਹੈਗੇ ਸਾਨੂੰ ਪਹਿਲੇ ਚੱਲਣਾ ਪੈਂਦਾ ਜੀ ਫਿਰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਸਾਡਾ ਇਹੀ ਹੁਕਮ ਹੈ ਜਾਂ ਕਿਸੇ ਪਾਸੇ ਹੋਰ ਨਗਰ ਪਾਲਿਕਾ ਰਾਜ ਦੇ ਅੰਦਰ ਆਪਣੇ ਗੋਸ਼ਾ 5-6 ਹੈਗੀਆਂ ਉਹਨਾਂ ਨੂੰ ਭੇਜੇ।